स्वागत साढ़े इस खास प्रोग्राम दे विच। असी दुबई दे विच हाँ ते उन्हां पंजाबियों नाल मिला रहे हैं जिन्हां ने तरक्कियां कीतियां ने। अक्सर कहा जाता है कि पंजाबी जिहड़े हैगे गड्डियां दे बड़े शौकीन होंदे ने, पर वो शौक जदों किता बन जावे तां वो अपने आप च कमाल की गल होंदी। और अज असी इस तरह के एक इंसान नाल तुहानूं मिलाउण जा रहे हैं। कुलविंदर सिंह बासी उहदा नाम है, तलवण पिंड फगवाड़ा डिस्ट्रिक्ट दे विच हैगा है। उन्हां दा इह शौक अज पैशन बन चुकिया हैगा। उन्होंने किस तरीके नाल कह सकते हैं इन्नी गड्डियां उन्होंने कोल हैगियां ने पूरे दुबई दे विच, जिथों भी तुसीं सड़क तो लंघोगे तो कुलविंदर सिंह बासी की गड्डी थोड़ा कितना कितने जरूर नज़र आएगी। उन्होंने नाल तुहानू अज असीं मिलवाने आ। बहुत बहुत स्वागत है कुलविंदर सिंह बासी जी। दुबई की धरती से असीं आ और इत्थे असीं देखिया कि सड़कों के उत्ते गड्डियां बहुत दौड़दियां ने, तो उन्होंने गड्डियां दे विचों अक्सर ज़्यादा तुहाडियां गड्डियां ने, यह जिहड़ा शौक सीगा यह किस तरीके नाल कित्ते दा रूप धार गया? इदा ही शौक भी सीगा और कुछ करन दा भी इरादा सीगा, तो इस करके फिर हौली 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 किते दी मतलब अगे अगे स्टैप बाय स्टैप किते दी किते पहुँच गए। मतलब बिजनेस तो हमेशा तुहानू पता अगे वधदा ही आ जो तुसीं उहदे बैक पूरी करो। एक कारां दा बिजनेस है की है जिहड़ा तुसीं दुबई दे विच पूरा कायम किया? बहुत ज़्यादा कारां ने, लग्जरी कारां, हमर, जिन्नियां भी दुनिया की वधिया दी वधिया कार है तुहाडे कोल हैगी आ, ਇਹ ਕਿੱਦਾਂ ਮਤਲਬ ਕਿ ਸਾਰਾ? ਅਸੀਂ ਜਿੱਦਾਂ ਨਾ ਕੋਈ ਵੀ ਸਾਡਾ ਲੀਜ਼ਿੰਗ ਕੰਪਨੀ ਦੇ ਕਸਟਮਰ ਆ ਨਾ, ਉਹ ਕਹਿ ਦਿੰਦੇ ਸਾਨੂੰ ਆਹ ਕਾਰ ਚਾਹੀਦੀ ਹੈ ਜੀ, ਇਹ ਕਾਰ ਫਿਰ ਅਸੀਂ ਉਹਨਾਂ ਨੂੰ ਲੀਜ਼ ਟੂ ਈਅਰ ਵਨ ਈਅਰ ਉਹਨਾਂ ਨਾਲ ਐਗਰੀਮੈਂਟ ਸਾਈਨ ਕਰਕੇ ਫਿਰ ਉਹਨਾਂ ਨਾਲ ਅਸੀਂ ਇੰਸਟਾਲਮੈਂਟ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਸਰਵਿਸ ਦਿੰਦੇ 2 ਸਾਲ ਫਿਰ ਇਸ ਤਰ੍ਹਾਂ ਅਸੀਂ ਲੀਜ਼ਿੰਗ ਦੇ ਵਿੱਚ ਜ਼ਿਆਦਾ ਸਾਡਾ ਹੈਗਾ। ਜਦੋਂ ਫਗਵਾੜੇ ਤੋਂ ਦਿੱਲੀ ਆਏ, ਦਿੱਲੀ ਤੋਂ ਫਿਰ ਜਹਾਜ਼ ਚੜ੍ਹੇ ਅਤੇ ਫਿਰ ਉਹ ਇਹ ਪੂਰਾ ਹੋਇਆ ਕਿਵੇਂ, ਕਿੰਨਾ ਕੁ ਸਟਰਗਲ ਕਰਨਾ ਪਿਆ? ਜਹਾਜ਼ ਨਹੀਂ, ਮੈਂ ਬੰਬੇ ਤੋਂ ਸ਼ਿਪ 'ਚ ਆਇਆ ਸੀ ਜੀ, ਕਿਉਂਕਿ ਉਦੋਂ ਇੰਨੇ ਪਲੇਨ ਨਹੀਂ ਸੀ ਹੁੰਦੇ ਨਾ, ਜਹਾਜ਼ ਐਰੋਪਲੇਨ ਦਾ ਇੰਨੀ ਨਹੀਂ ਸੀ ਸਰਵਿਸ, ਤਾਂ ਮੈਂ ਸ਼ਿਪ 'ਚ ਆਇਆ ਸੀਗਾ। ਤਾਂ ਪਹਿਲਾਂ ਆ ਕੇ ਲੇਬਰ ਕੀਤੀ ਹੈ, ਲੇਬਰ ਦਾ ਫਿਰ ਪਹਿਲਾਂ ਤਾਂ ਡਰਾਈਵਿੰਗ ਲਾਇਸੈਂਸ ਬਣਾਇਆ ਜਿਹੜਾ ਕਿ ਇੱਥੇ ਬਹੁਤ ਮੁਸ਼ਕਲ ਬਣਦਾ ਸੀ ਉਸ ਵੇਲੇ। ਇੱਥੇ ਲਾਇਸੈਂਸ ਐਜ਼ ਸੇਮ ਲਾਈਕ ਜਿੱਦਾਂ ਆਪਣੇ ਬੀ ਏ ਦੀ ਡਿਗਰੀ ਨਹੀਂ ਹੁੰਦੀ, ਉਹ ਮਤਲਬ ਉਹਦਾ ਸੀਗੀ ਲਾਇਸੈਂਸ ਦੀ ਕੀਮਤ ਨਾ ਜੀ। ਅਤੇ ਡਰਾਈਵਿੰਗ ਲਾਇਸੈਂਸ ਬਣਾਇਆ, ਫਿਰ ਸੇਲਸ ਵਿੱਚ ਚਲੇ ਗਏ ਜੀ। ਫਿਰ ਕਾਫੀ ਦੇਰ ਸੇਲਸ, 5-6 ਸਾਲ ਕੰਪਨੀ 'ਚ ਸੇਲਸ ਦਾ ਕੰਮ ਕੀਤਾ। ਆਊਟ ਜਿੱਦਾਂ ਮਤਲਬ ਸੇਲਸ ਦੇ ਵਿੱਚ ਜ਼ਿਆਦਾ ਬਿਜ਼ਨਸ ਬਾਰੇ ਥੋੜ੍ਹੀ ਜਿਹੀ ਮਤਲਬ ਆਦਮੀ ਨੂੰ ਨੌਲੇਜ ਮਿਲੀ, ਯਾਨੀ ਕਿ ਜ਼ੀਰੋ ਤੋਂ ਸ਼ੁਰੂਆਤ ਕੀਤੀ ਹਰ ਇੱਕ ਚੀਜ਼ ਬਾਰੇ। ਪਰ ਇਹ ਕਾਰਾਂ ਦਾ ਕੰਮ ਵਿੱਚ ਕਿੱਦਾਂ ਆ ਗਏ, ਕਿਆ ਕੋਈ ਆਟੋ ਦੇ ਨਾਲ ਕੁਝ ਖਾਸ ਪਿਆਰ ਸੀਗਾ? ਹਾਂ, ਆਟੋ ਮਕੈਨਿਕ ਦਾ ਡਿਪਲੋਮਾ ਕੀਤਾ ਸੀਗਾ ਔਰ ਕਾਰਾਂ ਦਾ ਸ਼ੌਂਕ ਵੀ ਸੀਗਾ ਔਰ ਕਾਰਾਂ ਦਾ ਫਿਰ ਇਹ ਬਿਜ਼ਨਸ ਪਹਿਲਾਂ ਟਰਾਂਸਪੋਰਟ ਦਾ ਕੀਤਾ ਸੀਗਾ, ਲੇਕਿਨ ਉਹਦੇ 'ਚ ਮੈਂ ਇਹ ਸੋਚਿਆ ਕਿ ਇਹਨੂੰ ਬਾਹਰ ਮਤਲਬ ਐਵਰੀਵੇਅਰ ਲਿਜਾ ਸਕਦੇ ਹਾਂ ਇਸ ਬਿਜ਼ਨਸ, ਇਸ ਕਰਕੇ ਇਹ ਫਿਰ ਅਸੀਂ ਇਹ ਬਿਜ਼ਨਸ ਸਟਾਰਟ ਕੀਤਾ। ਮੈਂ ਸਲੋਲੀ ਸਲੋਲੀ 5 ਕਾਰ ਤੋਂ ਸਟਾਰਟ ਕੀਤਾ ਸੀ, ਹੁਣ ਸਾਡੇ ਕੋਲ 1400 ਕਾਰ ਆ। ਅਤੇ ਕਿੰਨੀ ਕੁ ਉਮਰ ਦੇ ਵਿੱਚ ਤੁਸੀਂ ਫਗਵਾੜੇ ਤੋਂ ਇੱਥੇ? ਮੈਂ ਇੱਥੇ ਆਇਆ ਸੀਗਾ, 20 ਈਅਰ ਏਜ ਸੀਗੀ ਮੇਰੀ ਉਦੋਂ ਆਇਆ ਸੀ, ਜਦੋਂ ਫਿਰ ਹੌਲੀ ਹੌਲੀ ਫਿਰ ਕਨਾਡਾ ਦਾ ਵੀ ਦਿਮਾਗ ਸੀਗਾ ਜਿੱਦਾਂ ਪੰਜਾਬੀਆਂ ਦੇ ਹੁੰਦਾ, ਉਹ ਵੀ ਕਰਕੇ ਦੇਖ ਲਿਆ, ਫਿਰ ਉੱਥੋਂ ਵਾਪਸ ਆ ਕੇ ਫਿਰ ਇਹ ਸਟਾਰਟ ਕੀਤਾ। ਪਹਿਲਾਂ ਟਰਾਂਸਪੋਰਟ ਦਾ ਕੰਮ ਸੀ ਅਤੇ ਦੁਬਈ ਦਾ ਰਾਸ ਆਉਣਾ, ਕੈਨੇਡਾ ਵੀ ਤੁਸੀਂ ਜਾਏ, ਉੱਥੇ ਕਹਿੰਦੇ ਕੀੜੇ ਪੂਰੇ ਕਰੇ ਆਏ, ਫਿਰ ਦੁਬਈ ਦੇ ਵਿੱਚ ਹੀ ਆ ਕੇ ਕੀ? ਕਿਉਂਕਿ ਦੁਬਈ, ਕਿਉਂਕਿ ਇੱਥੇ ਚੀਜ਼ ਸੀਗੀ ਕਿ ਇੱਥੇ ਆਲਰੇਡੀ ਪਹਿਚਾਣ ਬਣੀ ਸੀ, ਜੇ ਪਹਿਲਾਂ ਇੱਥੇ ਆਏ ਸੀ ਨਾ, ਆਪਣੀ ਜਿਹੜੀ ਪੂਰਾ ਯੰਗ ਏਜ ਆ ਉਹ ਇੱਥੇ ਕੱਢੀ ਸੀਗੀ, ਸਾਰਿਆਂ ਦੀ ਪਹਿਚਾਣ ਇੱਥੇ ਸੀਗੀ। ਜੇ ਅਸੀਂ ਪਹਿਲਾਂ ਕਨਾਡਾ ਚਲ ਜਾਂਦੇ ਤਾਂ ਉੱਥੇ ਬਣ ਜਾਣਾ ਸੀ, ਅਤੇ ਇਸ ਕਰਕੇ ਉੱਥੇ ਆਪਾਂ ਨੂੰ ਕੋਈ ਕੰਮ ਸੂਟ ਨਹੀਂ ਕੀਤਾ। ਅਤੇ ਪਰਿਵਾਰ ਵੱਲੋਂ ਪੂਰੀ ਸਪੋਰਟ ਮਿਲੀ ਜਾਂ ਕਹਿ ਸਕਦੇ ਕੁਛ ਲੋਕਾਂ ਦਾ ਵੀ ਤੁਹਾਡੇ ਬਣਾਉਣ ਦੇ ਵਿੱਚ? ਹਾਂ, ਨਹੀਂ, ਮੇਰੀ ਵਾਈਫ ਆ ਜਸਵੀਰ, ਉਹਦਾ ਉਹ MD ਆ ਕੰਪਨੀ ਦੀ, ਅਤੇ ਉਹਦੀ ਮੇਰੀ ਫੁੱਲ ਸਪੋਰਟ ਆ। ਅਤੇ ਬਾਕੀ ਜਿੱਦਾਂ ਕਹਿੰਦੇ ਨੇ ਕਿ ਵੀ ਪਿੰਡੋਂ ਤੁਸੀਂ ਉਦੋਂ ਆਏ ਸੀ, ਆ ਕੇ ਹੋਰ ਤੁਹਾਡੇ ਪਿੰਡ ਦੇ ਲੋਕ ਜਾਂ ਉਹ ਪੂਰੇ ਪੰਜਾਬ ਦਾ ਕੋਈ ਬੰਦਾ ਜਿਹੜਾ ਤੁਹਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਹੋਵੇ ਤੁਹਾਡੀ ਲਾਈਫ ਦੇ ਵਿੱਚ ਇੱਥੇ ਆ ਕੇ, ਉਹਨਾਂ ਬੰਦਿਆਂ ਦਾ ਸਹਿਯੋਗ ਪੂਰਾ ਮਿਲਦਾ ਰਿਹਾ ਕਿ? ਹਾਂ, ਮੈਂ ਤਾਂ ਸਾਰੇ ਰੈਲੇਟਿਵ ਨੂੰ ਇੱਥੇ ਲਿਆ ਕੇ ਉਹਨਾਂ ਨੂੰ ਕਾਫੀ ਕੰਮ ਟਰਾਂਸਪੋਰਟਾਂ 'ਚ ਆ, ਉਹ ਸਾਰੇ ਆਪਣੇ ਕੰਮਾਂ 'ਚ ਸਹੀ ਕਰ ਰਹੇ। ਇੱਕ ਬ੍ਰੇਕ ਲਈ ਅਸੀਂ ਇੱਥੇ ਰੁਕਾਂਗੇ ਔਰ ਬ੍ਰੇਕ ਤੋਂ ਬਾਅਦ ਵੀ ਬਾਸੀ ਸਾਹਿਬ ਨਾਲ ਗੱਲਾਂ ਜਿਹੜੀਆਂ ਸਾਡੀਆਂ ਹੈਗੀਆਂ ਨੇ ਔਰ ਚੱਲਦੀਆਂ ਰਹਿਣਗੀਆਂ, ਹੋਰ ਦੁਬਈ ਦੇ ਬਾਰੇ ਉਹ ਕੀ ਸੋਚਦੇ ਨੇ, ਕਿੱਦਾਂ ਕਿੱਦਾਂ ਉਹਨਾਂ ਨੇ ਸਟਰਗਲ ਕੀਤਾ, ਤਮਾਮ ਤਰ੍ਹਾਂ ਦੀਆਂ ਗੱਲਾਂ ਅਸੀਂ ਤੁਹਾਨੂੰ ਤੱਕ ਪਹੁੰਚਾਉਂਦੇ ਰਹਾਂਗੇ। ਵੇਖਦੇ ਰਹੋ ਇਹ ਖਾਸ ਪ੍ਰੋਗਰਾਮ।